ਸੀ ਉੱਥੇ। ਹਾਂਜੀ, ਏਅਰਪੋਰਟ ਤੇ ਪਹੁੰਚ ਗਏ। ਏਅਰਪੋਰਟ ਸਾਡੀ ਫਲਾਈਟ ਥੋੜੀ ਜਿਹੀ ਨਾ ਰਾਤ ਨੂੰ ਲੇਟ ਆਈ ਸੀਗੀ, ਤੇ ਉਹ ਅਸੀਂ ਅਗਲੇ ਦਿਨ ਸਵੇਰ ਦਾ ਪ੍ਰੋਗਰਾਮ ਅਸੀਂ ਫਿਰ ਨਿਕਲੇ। ਜਦ ਪਿੰਡ ਪਹੁੰਚੇ ਤੇ ਉੱਥੇ ਉਹਨਾਂ ਨੇ ਬੱਗੀ ਸਜਾਈ ਹੋਈ ਸੀਗੀ, ਤੇ ਪਿੰਡ ਤੱਕ 1.5-2 ਕਿਲੋਮੀਟਰ ਅੱਗੇ ਉਹ ਭੰਗੜਾ ਪਾਉਂਦੇ ਗਏ, ਫੁੱਲ ਵਰਸਾਏ ਗਏ, ਨੋਟ ਸੁੱਟੇ ਗਏ। ਉਹਨਾਂ ਨੇ ਬੜੀ ਵੈਲਕਮ ਕੀਤੀ, ਬੈਂਡ ਬਾਜੇ ਵੱਜ ਰਹੇ ਸੀਗੇ, ਪੂਰਾ ਮਤਲਬ ਸਾਰਾ ਪਿੰਡ ਇਕੱਠਾ ਹੋਇਆ ਸੀ ਮਿਲਣ ਨੂੰ। ਬੜਾ ਚਾਅ ਕੀਤਾ, ਹਰ ਇਕੱਲੇ ਇਕੱਲੇ ਜੀ ਨੇ ਬਹੁਤ ਚਾਅ ਕੀਤਾ। ਚਲੋ ਪਾਕਿਸਤਾਨ ਦੀ ਯਾਤਰਾ ਬਹੁਤ ਵਧੀਆ ਰਹੀ। ਇਹ ਤਾਂ ਇੱਦਾਂ ਹੀ ਲੱਗਾ ਵੀ ਆਪਣੇ ਘਰ ਪਰਤ ਆਏ ਹਾਂ, ਜਾਂ ਬਿਲਕੁਲ ਉਪਰਾ ਨਹੀਂ ਲੱਗਾ। ਲਾਹੌਰ ਏਅਰਪੋਰਟ ਤੋਂ ਉਤਰਦਿਆਂ ਅਤੇ ਹੁਣ ਤੱਕ ਮੈਨੂੰ 11-12 ਦਿਨ ਹੋ ਗਏ ਆ ਏਅਰਪੋਰਟ ਤੋਂ ਉਤਰਦਿਆਂ, ਬੜੀ ਵੈਲਕਮ ਹੋਈ। ਇਮੀਗ੍ਰੇਸ਼ਨ ਆਫਿਸਰ ਨੇ ਕਿਹਾ ਕਿ ਵੀ ਤੁਸੀਂ ਸਰਦਾਰ ਜੀ ਆਪਣੇ ਘਰ ਆਏ ਹਾਂ, ਕੋਈ ਪ੍ਰੋਬਲਮ ਹੋਇਓ ਦੱਸਿਓ। ਅਤੇ ਉਸ ਤੋਂ ਬਾਅਦ ਅਸੀਂ ਆਪਣੇ ਪਿੰਡ ਗਏ ਅਤੇ ਪਿੰਡ ਵਾਲਿਆਂ ਨੇ ਉੱਥੇ ਮੇਰੇ ਕਜ਼ਨ ਹੀ ਲਾਓ, ਮੇਰੇ ਦਾਦਾ ਜੀ ਦੇ ਪੋਤੇ ਪੋਤੀਆਂ ਉਹ ਮਿਲੇ, ਅਤੇ ਉਹਨਾਂ ਨੇ ਬਹੁਤ ਪਿਆਰ ਸਾਡੇ 'ਤੇ ਚਾਅ ਕੀਤੇ, ਮਾਣ ਕੀਤਾ। ਮਤਲਬ 8 ਦਿਨ ਅਸੀਂ ਉੱਥੇ ਰਹੇ ਹਾਂ ਅਤੇ ਉਹ ਹਾਲੇ ਸਾਨੂੰ ਆਉਣ ਨਹੀਂ ਦੇਣਾ ਚਾਹੁੰਦੇ ਸੀ। ਉਹ ਕਹਿੰਦੇ ਸੀ ਹਾਲੇ 1-1.5 ਮਹੀਨਾ ਰਹੋ, ਸਾਡੇ ਹਾਲੇ ਚਾਅ ਹੀ ਨਹੀਂ ਪੂਰੇ ਹੋ। ਮੇਰੇ ਫਾਦਰ ਸਾਹਿਬ 29 ਵਰ੍ਹਿਆਂ ਦੇ ਸੀ, ਮੇਰੀਆਂ 2 ਭੂਆ ਵੱਡੀਆਂ ਸੀਗੀਆਂ। ਸੋ ਉਹ ਸੁਰਤ ਵਿੱਚ ਗਏ ਅਤੇ ਉਹਨਾਂ ਨੂੰ ਸਾਰਾ ਪਿੰਡ ਦਾ ਵੇਰਵਾ ਸੀ, ਸਾਰਾ ਕੁਛ। ਉਹ ਮੇਰੇ ਕੋਲ ਲਿਖਿਆ ਸੀ ਅਤੇ ਮੈਂ ਕਈ ਵਰ੍ਹਿਆਂ ਦਾ ਪਿੰਡ ਲੱਭਦਾ ਸੀਗਾ। ਕਿੰਨੀ ਕੁ ਦੇਰ ਹੋ ਗਈ ਸੀ ਪਿੰਡ ਲੱਭਦੇ ਮੈਨੂੰ? ਤੁਸੀਂ ਲਾ ਲਓ ਵੀ ਆਲਮੋਸਟ 18-20 ਸਾਲ ਹੋ ਗਏ ਵੀ ਭਗਵਾਨ ਸਿੰਘ ਵਾਲਾ ਲੱਭ। ਵੀਡੀਓ ਦੇਖੀ ਸੀ ਉਹ, ਅਸੀਂ ਹੁਣ ਜਾ ਕੇ ਵੀ ਆਏ ਹਾਂ। ਉਹਨਾਂ ਨੇ ਸਾਨੂੰ ਨਿਸ਼ਾਨਦੇਹੀ ਕਰਾਈ ਆ ਕਿ ਤੁਹਾਡੀ ਕੋਠੀ ਕਿੱਥੇ ਹੁੰਦੀ ਸੀ, ਪਰ ਹੁਣ ਉਹ ਢਾ ਲਈ। ਉਹ ਕੋਠੀ ਤੁਸੀਂ ਮੰਨੋ ਕਿ ਵੀ ਐਡੀ ਵੱਡੀ ਸੀਗੀ ਕਿ ਇਸ ਟਾਈਮ ਉੱਥੇ 45 ਕੁ ਘਰ ਬਣ ਗਏ। ਉਹ ਗਾਂ ਗਾਂ ਜਿੱਦਾਂ ਵੰਡ ਹੋ ਗਈ ਚਾਚੇ ਤਾਇਆਂ ਦੇ, ਅਤੇ ਉਹ ਇੱਕ ਪੁਰਾਣੀ ਕੰਧ ਉਹਨਾਂ ਨੇ ਢਾਈ ਸੀਗੀ ਹੁਣੀ ਪਿੱਛੇ, ਬਹੁਤ ਪੁਰਾਣੀ ਕੰਧ ਹਵੇਲੀ ਦੀ ਸੀ, 4 ਕੁ ਮਹੀਨੇ ਪਹਿਲਾਂ ਉਹਦੀਆਂ ਇੱਟਾਂ ਪਈਆਂ ਸੀ, ਅਤੇ ਮੈਂ ਉਹ 'ਚੋਂ ਇੱਕ ਇੱਟ ਲੈ ਕੇ ਆਇਆ ਨਿਸ਼ਾਨੀ ਵੱਲੋਂ। ਅਤੇ ਲਾਇਲਪੁਰ ਤੋਂ ਅਤੇ ਜਿੱਥੇ ਜਿੱਥੇ ਅਸੀਂ ਬੈਠੇ ਜਾ ਕੇ ਸਾਰੀਆਂ ਡਿਟੇਲਸ ਦਿੱਤੀਆਂ ਵੀ ਕੌਣ ਕਿੱਥੇ ਸੈੱਟ ਹੋਇਆ, ਕਿਹੜਾ ਕਿਹਨੇ ਕੀ ਕੀਤਾ ਲਾਈਫ ਦੇ ਵਿੱਚ। ਉਹ ਬੜੀਆਂ ਲੰਬੀਆਂ ਕਹਾਣੀਆਂ ਸਾਰੀਆਂ, 47 ਤੋਂ ਲੈ ਕੇ ਅਤੇ 2022 ਤੱਕ ਤੁਸੀਂ 75 ਸਾਲ ਦੀਆਂ ਕਹਾਣੀਆਂ ਸੀਗੀਆਂ, ਦਾਦਿਆਂ ਦੀਆਂ, ਚਾਚਿਆਂ ਦੀਆਂ, ਕਿਹਦੇ ਕਿੰਨੇ ਬੱਚੇ ਜੀ, ਕੌਣ ਕੀ ਕਰਦਾ ਆ। ਅਤੇ ਉਹ ਅਸੀਂ ਆ ਕੇ ਹੁਣ ਘਰ ਬੈਠੇ ਸੀਗੇ। 3 ਵਿਆਹ ਪਹਿਲੇ ਵਿਆਹ ਦੇ ਵਿੱਚੋਂ ਇੱਕ ਬੇਟੀ ਹੋਈ ਅਤੇ ਉਹ ਦਾਦੀ ਜੀ ਦੇ ਫਿਰ ਗਾਂ ਡਾਕਟਰ ਨੇ ਕਿਹਾ ਵੀ ਬੱਚਾ ਨਹੀਂ ਹੋਣਾ, ਅਤੇ ਉਹਨਾਂ ਨੇ ਆਪ ਹੀ ਕਹਿ ਦਿੱਤਾ ਕਿ ਵੀ ਬੜੇ ਵੱਡੇ ਸਰਦਾਰ ਆ ਤੁਸੀਂ, ਜ਼ੈਲ ਬਹੁਤ ਵੱਡੀ ਆ, ਤੁਸੀਂ ਦੂਜਾ ਵਿਆਹ ਕਰਾ ਲਓ। ਦੂਜਾ ਵਿਆਹ ਸਾਡੀ ਦਾਦੀ ਨਾਲ ਹੋਇਆ। ਸਾਡੀ ਦਾਦੀ 'ਚੋਂ 4 ਭੈਣਾਂ ਅਤੇ 2 ਭਰਾ ਵਿੱਚੋਂ ਇੱਕ ਵੱਡੇ ਮੇਰੇ ਫਾਦਰ ਸਾਹਿਬ ਸਰਦਾਰ ਸੁਰਜੀਤ ਸਿੰਘ ਬਾਜਵਾ, ਅਤੇ ਇੱਕ ਮੇਰੇ ਚਾਚਾ ਜੀ ਸਰਦਾਰ ਗੁਰਜੀਤ ਸਿੰਘ ਬਾਜਵਾ, ਅਤੇ ਤੀਜੀ ਦਾਦੀ ਉਹਨਾਂ ਸਾਡੀ ਉਹ ਭਾਈ ਰਿਆਜ਼ ਅਤੇ ਨਵਾਜ਼ਾ ਸਿੱਖ ਦੀ ਜਿਹੜੇ ਦਾਦੀ ਸੀਗੇ ਉਹਨਾਂ ਨਾਲ ਵਿਆਹ ਹੋਇਆ। ਉਹ ਮੁਸਲਮਾਨ ਸੀ ਪਰ ਕਿਉਂਕਿ ਦਾਦਾ ਜੀ ਸਰਦਾਰ ਸੀ ਅਤੇ ਉਹਨਾਂ ਨੇ ਆਪਣੇ ਉਹਨਾਂ 'ਚੋਂ ਤੀਜੀ ਦਾਦੀ 'ਚੋਂ 3 ਬੱਚੇ ਹੋਏ ਅਤੇ 3ੋਂ ਹੀ ਸਰਦਾਰ ਰੱਖੇ ਬਣਾਏ, ਨਾਂ ਵੀ ਉਹਨਾਂ ਦੇ ਸਰਦਾਰਾਂ ਵਾਲੇ ਹੀ ਸੀ। ਪਰ ਜਦ ਵੰਡ ਹੋਈ ਅਤੇ ਉਸ ਵੇਲੇ ਵੰਡ ਦੇ ਦੌਰਾਨ ਹੀ ਸਾਡੇ ਦਾਦਾ ਜੀ ਬੜੇ ਬਿਮਾਰ ਸੀ ਅਤੇ ਉਹ 1 ਮਹੀਨੇ ਕੁ ਬਾਅਦ ਉਹਨਾਂ ਦਾ ਇੰਤਕਾਲ ਹੋ ਗਿਆ, ਜਾਂ 15-20 ਦਿਨ ਕੁ ਬਾਅਦ ਇੰਤਕਾਲ ਹੋ ਗਿਆ। ਉਹ ਫੌਤ ਹੋ ਗਏ ਅਤੇ ਜਿਹੜੇ ਸਾਡੇ ਦਾਦੀ ਜੀ ਜਿਹੜੇ ਮੁਸਲਿਮ ਸੀ ਉਹ ਇੱਥੇ ਪਾਕਿਸਤਾਨ ਰਹਿ ਗਏ ਅਤੇ ਸਾਡੇ ਦਾਦੀ ਜੀ ਅਤੇ ਸਾਰੇ ਜੀ ਇੰਡੀਆ ਚਲੇ ਗਏ। ਅਤੇ ਉਹ ਮੇਰੇ ਕੋਲ ਥੋੜ੍ਹਾ ਵੇਰਵਾ ਸੀਗਾ, ਮੇਰੇ ਕੋਲ ਤੀਜੀ ਦਾਦੀ ਜੀ ਦਾ ਆਪਣੇ ਨਾਮ ਸੀਗਾ
ਮੇਰੇ ਕੋਲ ਪਿੰਡ ਦਾ ਨਾਮ ਸੀ ਅਤੇ ਇੰਨਾ ਪਤਾ ਸੀ ਉਹਨਾਂ ਦੇ ਬੱਚੇ ਹੈਗੇ ਆ, ਪਰ ਕੌਣ ਕਿੱਥੇ ਵੰਡ ਤੋਂ ਬਾਅਦ ਜਾ ਕੇ ਬੈਠਾ ਇਹਦਾ ਕੋਈ ਇਹਦੀ ਡਿਟੇਲ ਨਹੀਂ ਸੀ। ਪਾਰਟੀਸ਼ਨ ਦੇ ਟਾਈਮ ਮੇਰੇ ਫਾਦਰ ਸਾਹਿਬ 29 ਵਰ੍ਹਿਆਂ ਦੇ ਸੀ।